ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਦੋਸਤੋ, ਜਿਸ ਤਰ੍ਹਾਂ ਅੱਜ ਕੱਲ੍ਹ ਆਪਣੇ ਸਕੂਟਰ ਕਾਰਾਂ ਦੇ ਲਾਇਸੈਂਸ ਬਣਦੇ ਨੇ, ਕੋਈ ਸਮਾਂ ਸੀ ਜਦੋਂ ਸਾਈਕਲਾਂ ਦੇ ਵੀ ਲਾਇਸੈਂਸ ਬਣਦੇ ਹੁੰਦੇ ਸੀ। ਇਹਦਾ ਸਬੂਤ ਮੈਂ ਤੁਹਾਨੂੰ ਆਹ ਦਿਖਾਉਣ ਲੱਗਿਆ, ਆਹ ਦੇਖੋ। ਇਹ ਜਿਹੜਾ ਟੋਕਨ ਸੀ ਇਹ ਆਪਣੇ ਸਾਈਕਲ 'ਤੇ ਲਗਾਉਣਾ ਪੈਂਦਾ ਸੀ, ਅਤੇ ਜਿਹੜਾ ਇਹ ਕਾਗਜ਼ ਆ ਆਪਣੇ ਆਹ ਕਾਗਜ਼ ਇਹ ਆਪਣੇ ਜੇਬ 'ਚ ਰੱਖਣਾ ਪੈਂਦਾ ਸੀ। ਇਹ ਆਪਣੇ ਕਮੇਟੀ ਬਣਾਉਂਦੀ ਹੁੰਦੀ ਸੀ ਸ਼ਹਿਰ ਵਿੱਚ, 2 ਰੁਪਏ ਦਾ ਬਣਦਾ ਹੁੰਦਾ ਸੀ ਇਹ ਆਪਣੇ। ਜੇ ਕਿਸੇ ਕੋਲ ਆਪਣੇ ਲਾਇਸੈਂਸ ਨਹੀਂ ਹੁੰਦਾ ਸੀ ਤਾਂ ਉਹਦਾ ਆਪਣੇ ਚਲਾਨ ਕਰ ਦਿੰਦੀ ਪੁਲਿਸ, ਸਾਈਕਲ ਨੂੰ ਵੀ ਜ਼ਬਤ ਕਰ ਲੈਂਦੀ ਸੀ ਪੁਲਿਸ ਆਪਣੇ। ਇਹ ਦੇਖੋ ਟਾਈਮ ਟਾਈਮ ਦੀਆਂ ਗੱਲਾਂ ਨੇ ਆਪਣੇ, ਹੁਣ ਕੋਈ ਯਕੀਨ ਨਾ ਮੰਨੇ ਵੀ ਲਾਇਸੈਂਸ ਵੀ ਸਾਈਕਲਾਂ ਦੇ ਵੀ ਲਾਇਸੈਂਸ ਬਣਦੇ ਹੁੰਦੇ ਸੀ। ਇਹ ਬੜਾ ਜ਼ਰੂਰੀ ਦਸਤਾਵੇਜ਼ ਹੁੰਦਾ ਸੀ, ਇਹਨੂੰ ਸਾਂਭ ਕੇ ਰੱਖਣਾ ਪੈਂਦਾ ਸੀ ਆਪਣੇ ਜੇਬ ਵਿੱਚ, ਇਸ ਟੋਕਨ ਨੂੰ ਸਾਈਕਲ ਉੱਤੇ ਲਗਾਉਣਾ ਪੈਂਦਾ ਸੀ। ਇਹ ਆਪਣੇ ਟੋਕਨ ਨੰਬਰ 'ਤੇ ਲਿਖਿਆ ਹੁੰਦਾ ਸੀ ਵੀ ਕਿੰਨਾ ਟੋਕਨ ਨੰਬਰ ਆ, ਅਤੇ ਇੱਥੇ ਸੰਨ ਲਿਖਿਆ ਹੁੰਦਾ ਸੀ ਵੀ ਕਿੰਨੇ ਸੰਨ ਤੋਂ ਕਿੰਨੇ ਸੰਨ ਦਾ ਇਹ ਹੈਗਾ, ਵੀ 1 ਸਾਲ ਦਾ ਹੁੰਦਾ ਸੀ ਆਪਣੇ। ਇੱਥੇ ਆਪਣੇ ਨਾਂ ਹੁੰਦਾ ਸੀ, ਉਰਦੂ 'ਚ ਨਾਂ ਲਿਖਿਆ ਜੀ, ਥੱਲੇ ਆਪਣੇ ਪਿੰਡ ਦਾ ਨਾਂ ਸ਼ਹਿਰ ਦਾ ਨਾਂ ਲਿਖਿਆ ਹੈ ਜੀ। ਸ਼ੁਕਰੀਆ, ਧੰਨਵਾਦ ਜੀ।